ਤੇ ਸਸੀ ਕਾਲ ਵੀਰੋ ਜਿਦ ਤੱਕ ਤੁਹਾਨੂੰ ਪਤਾ ਟਿਕਟੌਕ ਤੇ ਫੇਮਸ ਹੋਣ ਲਈ ਲੋਕੀ ਕੀ ਨਹੀਂ ਕਰਦੇ ਕਿਦਾਂ-ਕਿਦਾਂ ਦੀਆਂ ਵੀਡੀਓ ਬਣਾਉਂਦੇ ਨੇ ਉਹਨਾਂ ਵਿੱਚੋਂ ਇੱਕ ਸ਼ਖਸ ਜਿਨੇ ਬੜੀ ਕਾਨੂੰਨੀ ਹਰਕਤ ਕੀਤੀ ਹੈ ਜੀ ਮੰਦਿਰ ਦੇ ਵਿੱਚ ਜਾ ਕੇ ਉਨੇ ਨੰਦੀ ਮਹਾਰਾਜ ਦੇ ਲੱਤ ਮਾਰੀਏ ਤੇ ਉਸ ਤੋਂ ਬਾਅਦ ਮੰਦਿਰ ਦੇ ਕਪਾਟਾਂ ਦੇ ਉੱਤੇ ਵੀ ਉਹਨਾਂ ਨੇ ਲੱਤ ਮਾਰੀਏ ਤੇ ਉਸ ਤੋਂ ਬਾਅਦ ਜਿਹੜੇ ਨੰਦੀ ਮਹਾਰਾਜ ਨੂੰ ਛਤੀਗ੍ਰਸਤ ਕੀਤਾ ਗਿਆ ਤੇ ਮੰਦਿਰ ਦੇ ਵਿੱਚ ਇਦਾਂ ਦੀ ਦੁਰਗਤੀ ਕਰਤੀ ਇਹ ਸ਼ਖਸ ਰਾਜਕੋਟ ਦਾ ਹੈਗਾ ਜੀ ਰਾਜਕੋਟ ਗੁਜਰਾਤ ਦਾ ਬੰਦਾ ਉਹਨੇ ਇਹ ਜੇ ਘਨੋਨਾ ਕੰਮ ਕੀਤਾ ਤੇ ਉਹਨੂੰ ਪੁਲਸ ਨੇ ਫੜ ਲਿਆ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੁਣ ਹੋਏਗੀ ਸਾਈਬਰ ਸੈੱਲ ਨੇ ਉਹਨੂੰ ਫੜ ਲਿਆ ਪਰ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਵੀ ਦੇਖੋ ਜੀ ਮੰਦਰ ਹੋਵੇ ਮਸਜਿਦ ਹੋਵੇ ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਵੀ ਧਾਰਮਿਕ ਸਥਾਨ ਹੋਵੇ ਉੱਥੇ ਜਾ ਕੇ ਇਦਾਂ ਦਾ ਕੰਮ ਕਰਨਾ ਗਲਤ ਹੈਗਾ ਇਹ ਮਹਾਪਾਪ ਹੈਗਾ ਜੀ ਤੇ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਤੇ ਥੱਲੇ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਨੂੰ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ ਮਿਲਾਂਗੇ ਨਵੀਂ ਵੀਡੀਓ ਤਦ ਤੱਕ ਲਈ ਨਮਸਕਾਰ ਸਸ਼ੀਕਾਲ ਵੀਰੋ